ਅੱਜ ਸ਼ਨੀਵਾਰ ਹੈ, ਸੰਜ ਦੇ ਦੋਸਤਾਂ ਦੇ 5 ਫੋਨ ਆਲੇ ਨੇ। ਚੱਲ ਯਾਰ ਪਾਰਟੀ ਪੂਰਟੀ ਕਰਦੇ ਹਾਂ, ਉਹ ਦਾਰੂ ਦੂਰੂ ਪੀਂਦੇ ਹਾਂ। ਪੱਗ ਬਣ ਕੇ ਮੈਂ ਥੱਲੇ ਜਾਣ ਹੀ ਲੱਗਾ ਸੀ, ਵੇਖਿਆ ਡੈਡੀ ਆਪਦੇ ਸਪੋਰਟ ਸ਼ੂਜ਼ ਪਾ ਕੇ ਸੈਰ ਨੂੰ ਚੱਲੇ ਨੇ, ਅਤੇ ਬੇਬੇ ਚਟਾਈ 'ਤੇ ਬੈਠੀ ਮਟਰ ਛਿਲਦੀ ਪਈ ਹੈ। ਬੁਲ ਸਟਾਰਟ ਕਰਨ ਹੀ ਲੱਗਾ ਸੀ ਕਿ ਦਿਲ 'ਚ ਇੱਕ ਖਿੱਚ ਜੀ ਪਈ। ਗਲੀ 'ਚ ਜਾਂਦੇ ਡੈਡੀ ਨੂੰ ਰੋਕਿਆ ਅਤੇ ਕਿਹਾ, ਬਾਪੂ ਅੱਜ ਆਪਾਂ ਬਾਹਰ ਚੱਲਦੇ ਹਾਂ ਖਾਣ। ਮਾਂ ਮੇਰੀ ਨੇ ਉਹੀ ਚੁੰਨੀ ਲਈ ਅਤੇ 10-12 ਵਾਰ ਪਾਈ ਹੋਈ ਆਪਣੀ ਨਵੀਂ ਚੱਪਲ ਪਾ ਕੇ ਆਖਿਆ, ਪੁੱਤ ਮੈਂ ਤਾਂ ਤਿਆਰ ਹਾਂ। 17 ਸੈਕਟਰ 'ਚ ਇੰਡੀਅਨ ਕੌਫੀ ਹਾਊਸ 'ਚ ਬੈਠਿਆਂ ਡੈਡੀ ਨੇ ਆਪਦੀ ਜਵਾਨੀ ਦੇ ਬਹੁਤ ਕਿੱਸੇ ਸੁਣਾਏ। ਬੇਬੇ ਸਾਰਾ ਟਾਈਮ ਇੱਕੋ ਗੱਲ ਕਹਿੰਦੀ ਰਹੀ, ਵੇ ਇੰਨਾ ਸਮਾਨ ਕਿੰਨੇ ਖਾਣਾ ਹੈ। ਇੱਕ ਫੋਨ ਸੁਣਨ ਤੋਂ ਬਾਅਦ ਜਦੋਂ ਮੈਂ ਕਾਫੀ ਹਾਊਸ 'ਚ ਮੁੜ ਵੜਨ ਲੱਗਾ ਤਾਂ ਇੱਕ ਨਜ਼ਾਰੇ ਨੇ ਦਿਲ 'ਚ ਘਰ ਕਰ ਲਿਆ। ਦੂਰੋਂ ਵੇਖਿਆ ਮਾਂ ਪਿਓ ਖਿੜਖਿੜਾ ਕੇ ਹੱਸ ਰਹੇ ਸੀ। ਬੇਬੇ ਸੰਗਦੀ ਪਈ ਸੀ ਕਿ ਡੈਡੀ ਡੋਸੇ ਦਾ ਆਖਰੀ ਪੀਸ ਬੇਬੇ ਨੂੰ ਫੋਰਕ ਨਾਲ ਖਵਾ ਰਹੇ ਸੀ। ਅੱਜ ਵੱਡੇ ਸ਼ਹਿਰ 'ਚ ਹਾਂ, ਵੱਡੀਆਂ ਮੁਸ਼ਕਲਾਂ ਨੇ। ਜਦ ਵੀ ਕਦੇ ਦਿਲ ਉਦਾਸ ਹੁੰਦਾ ਹੈ ਤਾਂ ਆਪਣੇ ਜ਼ਹਿਨ ਅੰਦਰ ਬਣੀ ਉਸ ਤਸਵੀਰ ਨੂੰ ਝਾਤੀ ਮਾਰ ਲੈਣਾ। ਮਾਂ ਪਿਓ ਖਿੜਖਿੜਾ ਕੇ ਹੱਸ ਰਹੇ ਨੇ, ਬੇਬੇ ਸੰਗਦੀ ਪਈ ਹੈ ਕਿ ਡੈਡੀ ਡੋਸੇ ਦਾ ਆਖਰੀ ਪੀਸ ਬੇਬੇ ਨੂੰ ਫੋਰਕ ਨਾਲ ਖਵਾ ਰਹੇ ਨੇ।